ਸਤਿਕਾਰ ਜੀ ਮੈਂ ਤੁਹਾਡਾ ਆਪਣਾ ਕੇਸ ਲੈਣੀ ਅੱਜ ਅਸੀਂ ਪਹੁੰਚੇ ਹੋਏ ਹਾਂ ਆਪਣੇ ਉਸ ਸਾਥੀ ਦੇ ਗ੍ਰਹਿ ਨਗਰ ਲੋਪੋ ਵਿਖੇ ਜੋ ਕਿ ਸਾਨੂੰ ਪਿਛਲੇ ਦਿਨੀ ਇੱਕ ਅਜਿਹਾ ਵਿਛੋੜਾ ਦੇ ਗਿਆ ਜਿਸ ਵਿਛੋੜੇ ਦੇ ਵਿੱਚ ਦੁਬਾਰਾ ਮਿਲਣ ਦੀ ਆਸ ਨਹੀਂ ਹੁੰਦੀ ਜਿੱਥੇ ਗੱਗੀ ਲੋਪੋ ਦੀ ਆਪਾਂ ਗੱਲ ਕਰਦੇ ਹਾਂ ਗੱਗੀ ਲੋਪੋ ਦੇ ਪਿੰਡ ਅੱਜ ਅਸੀਂ ਪਹੁੰਚੇ ਹੋਏ ਹਾਂ ਅਤੇ ਅੱਜ ਸਾਡੀ ਸਮੁੱਚੀ ਫੈਡਰੇਸ਼ਨ ਆ ਜਿਹੜੀ ਉਸ ਦੇ ਸਾਰੇ ਸਾਥੀ ਹੈ ਉਹ ਇੱਥੇ ਲੋਪੋ ਵਿਖੇ ਪਹੁੰਚੇ ਹੋਏ ਨੇ ਕਿਉਂਕਿ ਅੱਜ ਗੱਗੀ ਲੋਪੋ ਦੀ ਯਾਦ ਦੇ ਵਿੱਚ ਜਿਹੜਾ ਬੁੱਤ ਲੱਗਣਾ ਹੈ ਉਹਦਾ ਥੜਾ ਹੈ ਜਿਹੜਾ ਉਹ ਬਣਨਾ ਸ਼ੁਰੂ ਹੋਇਆ ਹੈ ਅਤੇ ਇਸ ਥੜੇ ਬਣਨ ਦੀ ਸ਼ੁਰੂਆਤ ਦੇ ਮੌਕੇ 'ਤੇ ਸਾਡੀ ਸਮੁੱਚੀ ਫੈਡਰੇਸ਼ਨ ਅੱਜ ਇੱਥੇ ਥੜੇ ਵਾਲੀ ਥਾਂ 'ਤੇ ਜਿਹੜਾ ਕੇਵਲ ਧਾਲੀਵਾਲ ਮੈਮੋਰੀਅਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੋਪੋ ਆ ਕੇਵਲ ਜੋ ਕਿ ਹਰਜੀਤ ਹੋਰਾਂ ਦਾ ਸਾਥੀ ਸੀਗਾ ਉਹਨਾਂ ਦੇ ਨਾਲ ਹੀ ਸਾਨੂੰ ਵਿਛੋੜਾ ਦੇ ਗਿਆ ਸੀਗਾ ਉਹਦੀ ਯਾਦ ਵਿੱਚ ਬਣਿਆ ਸਕੂਲ ਆ ਅਤੇ ਇੱਧਰਲੇ ਪਾਸੇ ਵੀਰ ਚੱਕਰ ਵਿਜੇਤਾ ਸ਼ਹੀਦ ਅਵਤਾਰ ਸਿੰਘ ਜੋ ਕਿ ਲੋਪੋ ਦੇ ਰਹਿਣ ਵਾਲੇ ਸੀਗੇ ਉਹਨਾਂ ਨੇ ਸ਼ਹੀਦੀ ਪ੍ਰਾਪਤ ਕਰਕੇ ਵੀਰ ਚੱਕਰ ਪ੍ਰਾਪਤ ਕੀਤਾ ਸੀਗਾ ਉਹਨਾਂ ਦਾ ਬੁੱਤ ਲੱਗਾ ਹੋਇਆ ਅਤੇ ਇੱਧਰਲੇ ਪਾਸੇ ਗੇਟ ਦੇ ਉੱਪਰ ਦੂਸਰੇ ਪਾਸੇ ਗੱਗੀ ਲੋਪੋ ਦਾ ਬੁੱਤ ਲੱਗੂਗਾ ਅਤੇ ਅੱਜ ਇਸ ਥੜੇ ਨੂੰ ਬਣਨਾ ਸ਼ੁਰੂ ਹੋਣ ਦੇ ਮੌਕੇ ਸਾਡੀ ਸਮੁੱਚੀ ਫੈਡਰੇਸ਼ਨ ਆ ਜਿਹੜੀ ਉਹ ਉਸ ਨੂੰ ਸ਼ਰਧਾਂਜਲੀ ਦੇਣ ਪਹੁੰਚੀ ਆ ਅਤੇ ਉਸਦੇ ਪਰਿਵਾਰ ਦੇ ਵਿੱਚ ਵੀ ਜਾ ਕੇ ਅੱਜ ਸਾਰਿਆਂ ਨੇ ਸਾਰੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਹੈ ਆਓ ਆਪਾਂ ਦੇਖਦੇ ਹਾਂ ਕਿ ਜਿਹੜਾ ਥੜਾ ਹੈ ਗੱਗੀ ਲੋਪੋ ਦੀ ਯਾਦ ਦੇ ਵਿੱਚ ਬਣਨਾ ਉਹ ਸ਼ੁਰੂ ਹੋ ਗਿਆ ਹੈ ਅਤੇ ਸਾਡੇ ਨਾਲ ਅੱਜ ਸਾਡੀ ਸਮੁੱਚੀ ਫੈਡਰੇਸ਼ਨ ਵੀ ਆ ਇਹ ਜਿਹੜਾ ਥੜੇ ਦੀ ਰਸਮ ਆ ਗੇਟ ਦੇ ਇੱਕ ਪਾਸੇ ਜਿਹੜਾ ਵੀਰ ਚੱਕਰ ਪ੍ਰਾਪਤ ਸ਼ਹੀਦ ਉਹਨਾਂ ਦਾ ਬੁੱਤ ਆ ਅਤੇ ਦੂਸਰੇ ਪਾਸੇ ਗੱਗੀ ਲੋਪੋ ਦਾ ਬੁੱਤ ਬਣਨ ਜਾ ਰਿਹਾ ਹੈ ਅਤੇ ਆਓ ਹੁਣ ਆਪਾਂ ਗੱਲ ਕਰਦੇ ਹਾਂ ਜਿਹੜੀ ਸਾਡੇ ਫੈਡਰੇਸ਼ਨ ਦੇ ਨੁਮਾਇੰਦੇ ਨੇ ਉਹ ਸਾਰੇ ਇੱਥੇ ਇਕੱਠੇ ਹੋਏ ਨੇ ਪ੍ਰਧਾਨ ਜੀ ਸਾਡੇ ਕੋਈ ਕਾਲਪੁਰੀ ਤੁਹਾਡੇ ਨਾਲ ਗੱਗੀ ਦੇ ਬਾਰੇ ਗੱਗੀ ਨੂੰ ਸ਼ਰਧਾਂਜਲੀ ਦੇਣਗੇ ਸ਼ਬਦ ਸਾਂਝੇ ਕਰਦੇ ਅੱਜ ਸਾਡੀ ਸਮੁੱਚੀ ਫੈਡਰੇਸ਼ਨ ਪੰਜਾਬ ਕਬੱਡੀ ਅਕੈਡਮੀ ਐਸੋਸੀਏਸ਼ਨ ਗੱਗੀ ਲੋਪੋ ਦੇ ਪਿੰਡ ਬੰਨਿਓਂ ਉਹਦੇ ਬੁੱਤ ਲਾਉਣ ਦੀ ਫੈਸਲਾ ਕੀਤਾ ਗਿਆ ਅੱਜ ਸਾਡੀ ਸਾਰੀ ਫੈਡਰੇਸ਼ਨ ਉਹਦੇ ਬੁੱਤ ਦੇ ਜਿੱਥੇ ਉਹਨਾਂ ਨੇ ਸ਼ੁਰੂਆਤ ਕੀਤੀ ਆ ਉੱਥੇ ਆ ਕੇ ਉਹਨੂੰ ਸ਼ਰਧਾਂਜਲੀ ਭੇਟ ਕਰਨ ਲਈ ਪਹੁੰਚੇ ਹਾਂ ਪਿੰਡ ਵਾਲਿਆਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਵਧੀਆ ਕਦਮ ਇਹ ਚੱਕਿਆ ਉਹਨਾਂ ਨੇ ਪਹਿਲਾਂ ਕੇਵਲ ਲੋਪੋ ਦੇ ਨਾਂ 'ਤੇ ਸਕੂਲ ਦਾ ਨਾਂ ਵੀ ਰੱਖਿਆ ਹੈ ਹੁਣ ਉਹਨਾਂ ਨੇ ਇਹ ਗੱਗੀ ਲੋਪੋ ਦੇ ਨਾਂ 'ਤੇ ਉਹਦਾ ਬੁੱਤ ਬਣਾ ਕੇ ਇੱਥੇ ਲਾਉਣਾ ਅਸੀਂ ਪਿੰਡ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਅੱਜ ਪੰਜਾਬ ਕਬੱਡੀ ਅਕੈਡਮੀ ਐਸੋਸੀਏਸ਼ਨ ਸਮੇਤ ਪ੍ਰਧਾਨ ਟੋਨੀ ਕਾਲਖ ਅਤੇ ਸਾਰੇ ਐਗਜੈਕਟਿਵ ਅਤੇ ਸਾਰੇ ਸਮੂਹ ਮੈਂਬਰ ਗੱਗੀ ਲੋਪੋ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਪਿੰਡ ਲੋਪੋ 'ਚ ਪਹੁੰਚੇ ਹਾਂ ਇੱਥੇ ਗੱਗੀ ਦੀ ਯਾਦ ਦੇ ਵਿੱਚ ਬਣਾਈ ਜਾਣ ਵਾਲੀ ਯਾਦਗਾਰ ਦਾ ਥੜੇ ਸਾਹਿਬ ਦਾ ਅੱਜ ਰਸਮ ਜਿਹੜੀ ਹੈ ਉਹ ਸ਼ੁਰੂ ਕੀਤੀ ਗਈ ਹੈ ਸਾਰਾ ਫੈਡਰੇਸ਼ਨ ਉੱਥੇ ਪਹੁੰਚੀ ਹੈ ਗੱਗੀ ਦੀ ਯਾਦ ਸਾਡੇ ਦਿਲਾਂ ਦੇ ਵਿੱਚ ਹਮੇਸ਼ਾ ਤਾਜ਼ੀ ਰਹੇਗੀ ਅਤੇ ਗੱਗੀ ਦਾ ਨਾਂ ਕਬੱਡੀ ਦੇ ਇਤਿਹਾਸ ਵਿੱਚ ਹਮੇਸ਼ਾ ਰਹੇਗਾ ਗੱਗੀ ਲੋਪੋ ਇੱਕ ਸਟਾਰ ਖਿਡਾਰੀ ਸਟਾਰ ਜਾਫੀ ਦੁਨੀਆਂ ਨੂੰ ਵਾਰ ਵਾਰ ਦੱਸਣ ਦੀ ਲੋੜ ਨਹੀਂ ਗੀ ਉਹ ਸਦਾ ਯਾਦ ਰਹੇਗਾ ਅਤੇ ਉਹਦੀ ਯਾਦ ਦੇ ਵਿੱਚ ਜਗਰਾਓਂ ਵਾਲੀ ਟੀਮ ਸੁਖਚੈਨ ਸਿੰਘ ਚੈਨੇ ਵਾਲੀ ਉਹਦਾ ਨਾਮ ਵੀ ਗੱਗੀ ਲੋਪੋ ਦੀ ਯਾਦ ਦੇ ਵਿੱਚ ਰੱਖਿਆ ਜਾਵੇਗਾ ਅਤੇ ਜਿਸ ਦਿਨ ਬੁੱਤ ਤਿਆਰ ਹੋਏਗਾ ਉਸ ਦਿਨ ਵੀ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਸਤੇ ਸਾਰੀ ਫੈਡਰੇਸ਼ਨ ਪਹੁੰਚੇਗੀ ਅਸੀਂ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪਹਿਲਾਂ ਵੀ ਕਬੱਡੀ ਖਿਡਾਰੀ ਕੇਵਲ ਲੋਪੋ ਦੀ ਯਾਦ ਵਿੱਚ ਅਤੇ ਅੱਜ ਗੱਗੀ ਲੋਪੋ ਦੀ ਯਾਦ ਦੇ ਵਿੱਚ ਇਹ ਉਪਰਾਲਾ ਕਰਨਾ ਸ਼ੁਰੂ ਕੀਤਾ ਹੈ ਅਸੀਂ ਪਿੰਡ ਦੇ ਸਦਾ ਰਿਣੀ ਰਵਾਂਗੇ ਕਿ ਇਹਨਾਂ ਨੇ ਆਪਣੇ ਪਿੰਡ ਦੇ ਖਿਡਾਰੀਆਂ ਨੂੰ ਜੋ ਕਿ ਵਿਛੋੜਾ ਦੇ ਚੁੱਕੇ ਆ ਉਹਨਾਂ ਨੂੰ ਯਾਦ ਰੱਖਿਆ ਇਹਨਾਂ ਦੀ ਯਾਦ ਸਦਾ ਹੀ ਸਾਡੇ ਮਨਾਂ ਵਿੱਚ ਅਤੇ ਲੋਕਾਂ ਵਿੱਚ ਅਤੇ ਦਰਸ਼ਕਾਂ ਦੇ ਵਿੱਚ ਬਣੀ ਰਹੇਗੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਮੈਂ ਕਬੱਡੀ ਵੀਰ ਸਖਲੋਪੋ ਅਤੇ ਮੈਂ ਧੰਨਵਾਦ ਕਰਦਾ ਪੰਜਾਬ ਫੈਡਰੇਸ਼ਨ ਦਾ ਕਬੱਡੀ ਪੰਜਾਬ ਫੈਡਰੇਸ਼ਨ ਦਾ ਜੋ ਸਾਡੇ ਪਿੰਡ ਆਏ ਬਾਈ ਗੱਗੀ ਜੀ ਦਾ ਅੱਜ ਨੀਂਹ ਪੱਥਰ ਰੱਖਿਆ ਗਿਆ ਅਤੇ ਇਹ ਨੀਂਹ ਪੱਥਰ ਜਿਹੜਾ ਇਹ ਪੂਰਾ ਪ੍ਰੋਪਰ ਤਿਆਰ ਹੋ ਜੂਗਾ ਇੱਕ ਮਹੀਨੇ ਦੇ ਵਿੱਚ ਤਿਆਰ ਹੋ ਜੂਗਾ ਅਤੇ ਅਸੀਂ ਫਿਰ ਤੋਂ ਧੰਨਵਾਦ ਕਰਦੇ ਹਾਂ ਸਾਡੇ ਪਿੰਡ ਵੱਲੋਂ ਵੀ ਸਾਡੇ ਪਿੰਡ ਆਏ ਬਾਈ ਗੱਗੀ ਜੀ ਦੀ ਕਰਕੇ ਬਹੁਤ ਧੰਨਵਾਦ
ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਦੇ ਲਈ। ਜੇਕਰ ਤੁਸੀਂ ਹਾਲੇ ਤੱਕ ਆਪਣੇ ਚੈਨਲ ਕਬੱਡੀ ਐਕਸਪ੍ਰੈਸ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਨਾਲ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਸੀਂ ਹਰ ਆਉਣ ਵਾਲੀ ਵੀਡੀਓ ਨੂੰ ਸਭ ਤੋਂ ਪਹਿਲਾਂ ਦੇਖ ਸਕੋ। ਤੁਹਾਡਾ ਬਹੁਤ ਬਹੁਤ ਧੰਨਵਾਦ।